ਆਨਲਾਈਨ ਮੱਝ ਖਰੀਦਣ ਦੇ ਚੱਕਰ 'ਚ ਵੱਜੀ 98,000 ਦੀ ਠੱਗੀ। ਵੇਖੋ ਕਿਵੇਂ ਸ਼ਾਤਰ ਚੋਰਾਂ ਨੇ ਇਸ ਸ਼ਖਸ ਦਾ ਖਾਤਾ ਕੀਤਾ ਖਾਲੀ। 70,000 ਦੀ ਮੱਝ ਸੀ, ਦਿੱਤੇ 98,000, ਨਾ ਮੱਝ ਆਈ ਨਾ ਪੈਸੇ ਮਿਲੇ ਵਾਪਸ। ਜੇਕਰ ਤੁਸੀਂ ਵੀ ਆਨਲਾਈਨ ਜਾਨਵਰ ਜਾਂ ਕੋਈ ਹੋਰ ਚੀਜ਼ ਖਰੀਦਦੇ ਹੋ ਤਾਂ ਇਸ ਤਰ੍ਹਾਂ ਦੀਆਂ ਠੱਗੀਆਂ ਤੁਹਾਡੇ ਨਾਲ ਵੀ ਵੱਜ ਸਕਦੀਆਂ ਨੇ। ਵੇਖੋ ਕਿਵੇਂ ਇਸ ਠੱਗ ਨੇ ਇਸ ਸ਼ਖਸ ਨੂੰ 98,000 ਦਾ ਚੂਨਾ ਲਗਾ ਦਿੱਤਾ ਹੈ। ਦੱਸ ਦਈਏ ਕਿ 70,000 ਦੀ ਮੱਝ ਸੀ, ਉਸ ਸ਼ਖਸ ਵੱਲੋਂ 98,000 ਦੀ ਪੇਮੈਂਟ ਦਿੱਤੀ ਗਈ, ਜਿਸ ਤੋਂ ਬਾਅਦ ਉਸਨੂੰ ਨਾ ਤਾਂ ਮੱਝ ਮਿਲੀ ਅਤੇ ਨਾ ਹੀ ਉਸਦੇ ਪੈਸੇ ਵਾਪਸ ਆਏ। ਅਤੇ ਠੱਗ ਨੇ ਛੋਟੀਆਂ ਛੋਟੀਆਂ ਕਿਸ਼ਤਾਂ ਦੇ ਵਿੱਚ ਇਸ ਸ਼ਖਸ ਤੋਂ ਪੈਸੇ ਕਢਵਾਏ ਸੀ ਅਤੇ 98,000 ਮੰਗਵਾਉਣ ਤੋਂ ਬਾਅਦ ਵੀ 45,000 ਦੀ ਮੰਗ ਹੋਰ ਕੀਤੀ ਜਾਂਦੀ ਹੈ, ਪਰ ਮੱਝ ਖਰੀਦਣ ਵਾਲਾ ਸ਼ਖਸ ਮਨ੍ਹਾ ਕਰ ਦਿੰਦਾ ਹੈ, ਜਿਸ ਤੋਂ ਬਾਅਦ ਉਸਦੇ ਸਾਰੇ ਪੈਸੇ ਵੀ ਚਲੇ ਜਾਂਦੇ ਨੇ ਅਤੇ ਨਾ ਉਸਨੂੰ ਮੱਝ ਮਿਲਦੀ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਦਸੂਹਾ ਦਾ, ਜਿੱਥੇ ਠੱਗੀ ਦੇ ਸ਼ਿਕਾਰ ਹੋਏ ਵਿਅਕਤੀ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਦਾ ਹੈ ਅਤੇ ਅਪਾਹਿਜ ਹੈ, ਅਤੇ ਕੁਝ ਦਿਨ ਪਹਿਲਾਂ ਉਸਨੇ ਮੋਬਾਈਲ 'ਤੇ ਮੱਝ ਦੀ ਵੀਡੀਓ ਦੇਖੀ ਸੀ ਅਤੇ ਉਸ ਵੀਡੀਓ ਦੇ ਉੱਤੇ ਨੰਬਰ 'ਤੇ ਜਦ ਉਸਨੇ ਫੋਨ ਲਾਇਆ ਤਾਂ ਉਸ ਸ਼ਖਸ ਨੇ ਆਪਣਾ ਨਾਮ ਮੋਨੂ ਜੱਟ ਦੱਸਿਆ ਅਤੇ ਉਸਨੇ ਕਿਹਾ ਕਿ ਉਹ ਰਾਜਸਥਾਨ ਦਾ ਰਹਿਣ ਵਾਲਾ ਹੈ ਅਤੇ ਮੱਝਾਂ ਦਾ ਵਪਾਰ ਕਰਦਾ ਹੈ। ਜਿਸ ਤੋਂ ਬਾਅਦ ਮੈਨੇ ਉਸ 'ਤੇ ਯਕੀਨ ਕਰ ਲਿਆ ਅਤੇ ਉਸ ਤੋਂ ਗੁਲਾਬੋ ਨਾਮ ਦੀ ਮੱਝ ਦਾ ਸੌਦਾ 70,000 ਰੁਪਇਆ ਫੋਨ 'ਤੇ ਤੈਅ ਕਰ ਲਿਆ। ਰਾਮਪਾਲ ਨੇ ਦੱਸਿਆ ਕਿ ਉਸ ਸ਼ਖਸ ਨੇ ਕਈ ਬਹਾਨੇ ਲਗਾ ਕੇ ਉਸ ਤੋਂ 98,000 ਦੀ ਪੇਮੈਂਟ ਕਰਵਾ ਲਈ, ਜਦਕਿ ਮੱਝ ਦਾ ਮੁੱਲ 70,000 ਸੀ, ਜਿਸ ਤੋਂ ਬਾਅਦ ਉਸਨੇ ਕਿਹਾ ਕਿ ਡਰਾਈਵਰ ਉੱਪਰ ਦੇ ਪੈਸੇ ਤੁਹਾਨੂੰ ਆ ਕੇ ਦੇ ਦੇਵੇਗਾ, ਪਰ ਪੈਸੇ ਭੇਜਣ ਤੋਂ ਬਾਅਦ ਉਸ ਵਿਅਕਤੀ ਦਾ ਫੋਨ ਬੰਦ ਹੋ ਗਿਆ ਅਤੇ ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਉਸਦੇ ਘਰ ਮੱਝ ਨਹੀਂ ਆਉਂਦੀ ਅਤੇ ਉਸਦਾ ਕੋਈ ਵੀ ਪਤਾ ਨਹੀਂ ਚੱਲਦਾ, ਅਤੇ ਜਿਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਨਾਲ ਠੱਗੀ ਵੱਜ ਗਈ ਹੈ। ਇਸ ਸੰਬੰਧੀ ਉਸਨੇ ਸ਼ਿਕਾਇਤ ਦਸੂਹਾ ਦੇ ਥਾਣੇ ਵਿੱਚ ਦਰਜ ਕਰਵਾਈ, ਪਰ ਅੱਜ ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਕੋਈ ਵੀ ਕਾਰਵਾਈ ਨਹੀਂ ਹੋਈ, ਜਿਸ ਤੋਂ ਬਾਅਦ ਉਸਨੇ SSP ਹੁਸ਼ਿਆਰਪੁਰ ਨੂੰ ਇੱਕ ਲਿਖਤੀ ਸ਼ਿਕਾਇਤ ਦਿੱਤੀ ਅਤੇ ਰਾਮਪਾਲ ਅਤੇ ਉਸਦੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਠੱਗ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਕਿਸੇ ਹੋਰ ਗਰੀਬ ਦੇ ਨਾਲ ਅਜਿਹੀ ਠੱਗੀ ਨਾ ਵੱਜ ਸਕੇ। ਮੇਰਾ ਨਾਮ ਰਾਮਪਾਲ। ਰਾਮਪਾਲ, ਕਿੱਥੋਂ ਰਹਿਣ ਵਾਲੇ ਹੋ? ਉੱਚੀ ਵਸੀ। ਅੱਛਾ, ਕੀ ਤੁਹਾਡੇ ਨਾਲ ਜਿਹੜਾ ਠੱਗੀ ਹੋਈ ਹੈ ਇਹ ਕਿਸ ਤਰ੍ਹਾਂ ਹੋਈ? ਮੈਂ ਨਾ ਮੋਬਾਈਲ ਦੇ ਵਿੱਚ ਦੇਖੀ ਸੀ ਵੀਡੀਓ, ਅਤੇ ਮੋਬਾਈਲ ਦੇ ਥਰੂ ਆਪਾਂ ਵੀ ਸਕਰੀਨ 'ਤੇ ਮੱਝਾਂ ਮੁੱਝਾਂ ਦਿਖਾਈਆਂ, ਉੱਤੇ ਹੀ ਨੰਬਰ ਲਾ ਬੈਠੇ, ਨੰਬਰ ਲਾ ਕੇ ਉਹਨਾਂ ਦੇ ਨਾਲ ਗੱਲ ਹੋਈ ਅਤੇ 70,000 'ਚ ਕਹਿੰਦੇ ਘਰ ਪਹੁੰਚ ਹੈ ਤੁਹਾਡੀ, ਘਰ ਪਹੁੰਚਾ ਕੇ ਦੇਵਾਂਗੇ 70,000 ਦੇ ਵਿੱਚ ਹੀ। ਕਿੱਥੋਂ ਦਾ ਬੰਦਾ ਸੀ ਉਹ? ਇਹ ਰਾਜਸਥਾਨ ਦਾ ਸੀਗਾ ਜੀ। ਕੀ ਨਾਮ ਦੱਸਦਾ ਸੀ ਆਪਣਾ? ਸੋਨੂ ਜਾਟ। ਕੀ ਹੋਇਆ ਉਸ ਤੋਂ ਬਾਅਦ? ਅਤੇ ਉਹਦੇ ਬਾਅਦ ਅਸੀਂ ਉਹਨੂੰ ਕਿਹਾ ਠੀਕ ਹੈ ਕਰਦੇ, ਅਤੇ ਦੂਜੇ ਦਿਨ ਉਹਨੇ ਫੋਨ ਕੀਤਾ, ਕਹਿੰਦਾ 10,000 ਰੁਪਇਆ ਭੇਜ ਦਿਉ, ਕੋਈ ਰਸਤੇ 'ਚ ਅੜੀ ਦੱਬੀ ਪਊਗੀ। ਅਤੇ ਅਸੀਂ ਉਸੇ ਨੰਬਰ 'ਤੇ ਉਹਨੇ ਆਧਾਰ ਕਾਰਡ, ਪੈਨ ਕਾਰਡ ਅਤੇ ਆਪਣਾ ਡੇਅਰੀ ਫਾਰਮ ਦਾ ਲਾਇਸੈਂਸ ਭੇਜਿਆ। ਉਹ ਅੱਛਾ, ਉਸ ਬੰਦੇ? ਹਾਂਜੀ। ਜਿੱਦਾਂ ਤੁਹਾਨੂੰ ਸ਼ੱਕ ਨਾ ਹੋਵੇ? ਸ਼ੱਕ ਨਾ ਹੋਵੇ। ਅਤੇ ਅਸੀਂ ਉਦੋਂ ਯਕੀਨ ਕਰ ਲਿਆ ਅਤੇ ਅਸੀਂ 10,000 ਰੁਪਇਆ ਭੇਜਤਾ। 10,000 ਭੇਜਣ ਦੇ ਬਾਅਦ ਫਿਰ ਕਹਿੰਦਾ ਵੀ 25,500 ਰੁਪਇਆ ਭੇਜ ਦਿਉ, 25,500 ਭੇਜਿਆ। ਫਿਰ ਕਹਿੰਦਾ ਅੱਗੇ ਨਾ ਉਹਦੇ ਬਜਰੰਗ ਦਲ ਵਾਲਿਆਂ ਨੇ ਸਾਨੂੰ ਫੜ ਲਿਆ ਅਤੇ ਉੱਥੋਂ ਪਰਮਿਸ਼ਨ ਲੈਣੀ ਪੈਣੀ ਆ, 25,500 ਹੋਰ ਭੇਜ ਦਿਉ। ਅਤੇ 25,500 ਹੋਰ ਭੇਜਤਾ। ਉਹਦੇ ਬਾਅਦ ਫਿਰ ਕਹਿੰਦੇ ਟੂਲ ਟੈਕਸ ਪੈਣ ਡਿਆ, ਪਤਾ ਨਹੀਂ ਕੀ ਪੈਣ ਡਿਆ, ਕਿ ਤੁਹਾਡੀ ਗੱਡੀ ਜਲੰਧਰ ਆ ਗਈ ਹੈ। ਜਲੰਧਰ ਆ ਕੇ ਉਹਨਾਂ ਨੇ ਫਿਰ 36,999 ਰੁਪਈਆ ਮੰਗਾਇਆ, ਉਹ ਵੀ ਅਸੀਂ ਭੇਜਤਾ। ਜਦੋਂ 36,999 ਰੁਪਈਆ ਭੇਜਿਆ, ਉਹਦੇ ਬਾਅਦ ਫਿਰ ਅਸੀਂ ਜਦ ਸ਼ਾਮ ਪੈ ਗਈ, ਫਿਰ ਪੁੱਛਿਆ ਉਹਨੂੰ ਕਿਉਂ ਜੀ ਸਾਡੀ ਆਈ ਨਹੀਂ ਮੱਝ ਅਜੇ ਤੱਕ, ਕਹਿੰਦਾ 45,000 ਹੋਰ ਭੇਜ ਦਿਉ। ਮੈਂ ਕਿਹਾ 98,000 ਰੁਪਈਆ ਤਾਂ ਪਹੁੰਚ ਗਿਆ ਅਤੇ 70,000 ਦੀ ਗੱਲਬਾਤ ਹੋਈ ਹੈ। ਅਤੇ ਕਹਿੰਦਾ ਸਾਡਾ ਡਰਾਈਵਰ ਕੋਲ 2.5-3 ਲੱਖ ਰੁਪਈਆ ਪਿਆ ਹੁੰਦਾ, ਤੁਹਾਡੇ ਘਰ ਆ ਕੇ ਡਰਾਈਵਰ ਨੇ ਸਾਰੇ ਪੈਸੇ ਦੇ ਦੇਣੇ, ਬਾਕੀ ਅਸੀਂ 70 ਦਾ 70 ਹੀ ਲਵਾਂਗੇ। ਨਾ ਕੋਈ ਪੈਸਾ ਭੇਜਿਆ, ਨਾ ਕੁਛ, ਅਤੇ ਨਾ ਮੱਝ ਭੇਜੀ ਅਜੇ ਤੱਕ। ਅਤੇ ਤੁਹਾਨੂੰ ਕਦੋਂ ਪਤਾ ਲੱਗਾ ਕਿ ਮੇਰੇ ਨਾਲ ਠੱਗੀ ਹੋ ਗਈ? ਇੱਦਾਂ ਜਦ ਸ਼ਾਮ ਪੈ ਗਈ, ਮੱਝ ਨਹੀਂ ਆਈ, ਅਤੇ ਅਸੀਂ ਫਿਰ ਡਾਊਟ ਹੋ ਗਿਆ ਕਿ 70,000 ਤੋਂ ਉੱਪਰ ਪੈਸੇ ਪਹੁੰਚ ਗਏ, 98,000, ਅਤੇ ਫਿਰ ਵੀ 45,000 ਮੰਗਣ ਡਿਆ।
ਫਿਰ ਅਸੀਂ ਰੁਕ ਗਏ, ਅਸੀਂ ਕਿਹਾ ਹੁਣ ਹੈ ਹੀ ਨਹੀਂ ਸਾਡੇ ਕੋਲ ਪੈਸੇ। ਤੁਸੀਂ ਕੀ ਕੰਮ ਕਰਦੇ ਹੋ? ਅਸੀਂ ਜੇ ਦਿਹਾੜੀ ਮਜ਼ਦੂਰੀ ਕਰਦੇ ਆ ਮਿਸਤਰੀਆਂ ਦੇ ਨਾਲ, ਇੱਟ ਮਸਾਲੇ ਦਾ, ਅਤੇ ਬਾਕੀ ਕਿਤੇ ਸਪਰੇ ਸੁਪਰੇ ਕਰਨ ਲੱਗ ਪੈਂਦੇ ਆ। ਅਪਾਹਿਜ ਵੀ ਹੋ? ਅਪਾਹਿਜ ਇੱਕ ਹੱਥ ਦਾ ਹੈਂਡੀਕੈਪਟ ਆ ਜੀ। ਅਤੇ ਕਿੰਨੇ? 98,000 ਟੋਟਲ? ਹਾਂਜੀ 98,000 ਪਹੁੰਚ ਗਿਆ ਉਹਦੇ ਕੋਲ। ਉਸ ਤੋਂ ਇਸ ਵਿਸ਼ੇ ਤੁਸੀਂ ਸ਼ਿਕਾਇਤ ਕੀਤੀ? ਸ਼ਿਕਾਇਤ 10ਵੇਂ ਥਾਣੇ SHO ਸਾਹਿਬ ਨੂੰ ਵੀ ਕੀਤੀ ਹੈ, ਅਤੇ ਉਹਨਾਂ ਨੇ ਅਜੇ ਕੋਈ ਕਾਰਵਾਈ ਨਹੀਂ ਕੀਤੀ, ਅਤੇ ਅੱਗੇ ਕਹਿੰਦੇ ਦੇਖੋ ਹੌਲੀ ਹੌਲੀ ਲੱਗੇ ਆ ਕਰਦੇ। ਉਹਦੇ ਬਾਅਦ ਫਿਰ ਅਸੀਂ ਹੁਸ਼ਿਆਰਪੁਰ ਗਏ SSP ਦਫ਼ਤਰ, ਉੱਥੇ ਵੀ ਕੱਲ੍ਹ ਦਰਖਾਸਤ ਦੇ ਕੇ ਆਏ ਹਾਂ। ਕੀ ਮੰਗ ਕਰਦੇ ਹੋ ਤੁਸੀਂ? ਅਸੀਂ ਇਹੀ ਕਹਿੰਦੇ ਪੁਲਿਸ ਪ੍ਰਸ਼ਾਸਨ ਨੂੰ ਕਿ ਸਾਡੀ ਮਦਦ ਕੀਤੀ ਜਾਏ, ਸਾਡੇ ਪੈਸੇ ਮਿਲ ਜਾਣ, ਅਤੇ ਵਧੀਆ। ਹੁਣ ਜਿਹੜੀ ਠੱਗੀ 'ਚ ਲੱਗ ਗਏ ਅਤੇ ਕੀ ਕਰੀਏ, ਚੱਲ ਗਏ ਪੈਸੇ। ਅਸੀਂ ਜਦੋਂ ਪਤਾ ਲੱਗ ਗਿਆ ਵੀ ਇਸ ਬੰਦੇ ਨੇ ਇੱਦਾਂ ਵੀ ਧੋਖਾ ਹੋ ਗਿਆ ਆ, ਅਤੇ ਵੀ ਇਹ ਧੋਖਾਧੜੀ ਹੋਈ ਆ ਮਾਝੇ ਚੱਕਰ 'ਚ, ਅਸੀਂ ਕਹਿੰਦੇ ਵੀ ਪੁਲਿਸ ਪ੍ਰਸ਼ਾਸਨ ਜੋ ਵੀ ਮਦਦ ਕਰੇ ਵਧੀਆ, ਕੁਛ ਤੋਂ ਕੁਛ ਇਹਨੂੰ ਇਨਸਾਫ ਮਿਲਣਾ ਚਾਹੀਦਾ। ਗਰੀਬ ਬੰਦਾ, ਹੈਂਡੀਕੈਪ ਹੈ, ਅਤੇ ਝੁੱਗਿਆ ਜਿਹਾ ਰਹਿਣ ਵਾਲਿਆ, ਅਤੇ ਦਿਹਾੜੀ ਦੂੜੀ ਲਾਉਣ ਵਾਲੇ ਬੰਦੇ ਆ। ਅਸੀਂ ਕਹਿੰਦੇ ਹਾਂ ਵੀ ਇਹਨੂੰ ਜਦੋਂ ਇਨਸਾਫ ਮਿਲੇ।